प्यारे आओ सब तो पहला गुरफतेह की सांझ करिए। गज वज के फतेह बुलाओ जी। वाहिगुरु जी का खालसा, वाहिगुरु जी की फतेह। हमेशा की तरह बेनती कि जितना कुछ समा है अपने कोल, इस समय दौरान जतन करना कीर्तन अपना सारे रल के मिल के करिए, क्योंकि जदों संगत का साथ मिलता है ना तो कीर्तनी बड़ा ही बल प्राप्त होंगे। सो आओ सारे रल के मिल के मेरे सतगुरु जी के पावन पवित्र मुबारक चरणा कमलों नाल जुड़न का यतन करिए, सतगुरु जी के गुण गाउण का यतन करिए, रंग रत्तड़ियां रूहां के गुण गाउण का यतन करिए। वाहे गुरु, वाहे गुरु, जप 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 वाहे गुरु, 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 जप जुगात वाहे गुरु, जुगात वाहे गुरु, जी हैप्पी वाहे गुरु, हैप्पी वाहे गुरु, होसी वाहे गुरु, होसी वाहे गुरु, होसी वाहे गुरु, होसी वाहे गुरु, जी जप वाहे गुरु, वाहे गुरु, वाहे गुरु, वाहे गुरु, वाहे गुरु, वाहे गुरु, सब ने आपो अपनी जीभा नाल वाहे गुरु बोलना है, अपने कन्ना नाल आप सुन दा जतन करना है, बोलदिया बोलदिया सुनदिया सुनदिया किते मेरा बापू तरस दे घर च आ जाए, किते मेरा बापू मेहर दे घर च आ जाए, किते गल अंदर तक पहुंच जाए। जतन सब ने करना है, भाई बोलो वाहिगुरु। जप वाहे गुरु, 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 जुड़ के अब मोहे अब मोहे
मिलियो है जिया वन हारा अब मोहे मिलियो है जिया वन हारा मैं ना मरूं मैं ना मरूं मजबूर संसारा मैं ना मरूं मैं ना मजबूर संसार कबीर साहब के ये बड़े प्यारे बचन गुरु नानक के पुत्रां धीआं ते बाखूबी लागू होंदे ने। धन गुरु गोबिंद सिंह साहिब सच्चे पातशाह जी के पुत्रां धीआं ते बाखूबी लागू होंदे ने। जिहड़े धन गुरु ग्रंथ साहिब जी महाराज जी नूं केवल गुरु ही नहीं मनते, जिहड़े धन गुरु ग्रंथ साहिब जी महाराज जी दी उन्हां दा कहना भी मनते ने, उन्हां ते बाखूबी ये बचन लागू होंदे ने। ਉਹ ਮਾਣ ਨਾਲ ਕਹਿੰਦੇ ਨੇ ਮੈਂ ਨਾ ਮਰੂੰ ਮਰਬੋ ਸੰਸਾਰਾ, ਕਿ ਸਰੀਰ ਕਰਕੇ ਭਾਵੇਂ ਮੈਂ ਮਰ ਜਾਵਾਂ ਪਰ ਮੇਰੀ ਆਤਮਾ ਸਦਾ ਜਿਉਂਦੀ ਰਹੇਗੀ, ਸਦਾ ਜਿਉਂਦੀ ਰਹੇਗੀ। ਸੱਚਮੁੱਚ ਤੇ ਉਹ ਮਰਦੇ ਨੇ ਜਿਹੜੇ ਜਗਤ ਦੇ ਧੰਦਿਆਂ ਦੇ ਵਿੱਚ ਫਸੇ ਹੋਏ ਨੇ, ਮਾੜੇ ਧੰਦਿਆਂ ਦੇ ਵਿੱਚ ਜਿਹੜੇ ਫਸੇ ਹੋਏ ਨੇ, ਰੱਬ ਦੇ ਘਰ ਤੋਂ ਰੱਬ ਦੇ ਦਰ ਤੋਂ ਰੱਬ ਦੀ ਸਿੱਖਿਆ ਤੋਂ ਜਿਹੜੇ ਬਿਲਕੁਲ ਆਪਣੇ ਆਪ ਨੂੰ ਭੁੱਲ ਚੁੱਕੇ ਨੇ, ਅਸਲ ਵਿੱਚ ਉਹ ਮਰਦੇ ਨੇ। ਮੈਂ ਭਾਵੇਂ ਸਰੀਰ ਕਰਕੇ ਖਤਮ ਹੋ ਜਾਵਾਂ ਪਰ ਮੇਰੀ ਆਤਮਾ ਕਦੇ ਨਹੀਂ ਮਰਨ ਲੱਗੀ, ਇਹ ਕਹਿੰਦਾ ਗੁਰੂ ਨਾਨਕ ਦਾ ਪੁੱਤਰ, ਇਹ ਕਹਿੰਦੀ ਗੁਰੂ ਨਾਨਕ ਦੀ ਧੀ। ਅਤੇ ਮਾਣ ਨਾਲ ਕਹਿੰਦੇ ਨੇ ਅਬ ਮੋਏ ਮਿਲਿਓ ਹੈ ਜੀਆ ਵਣਹਾਰਾ, ਕਿਉਂਕਿ ਹੁਣ ਮੈਨੂੰ ਮਿਲ ਗਿਆ, ਹੁਣ ਮੈਨੂੰ ਉਹ ਪ੍ਰਭੂ ਪਿਤਾ ਮਿਲ ਗਿਆ, ਹੁਣ ਮੇਰੇ ਲਈ ਅਤੇ ਗੁਰ ਪਰਮੇਸ਼ਰ ਇੱਕ ਹੋ ਜਾਣ, ਕਿ ਮੇਰੇ ਲਈ ਮੇਰੇ ਗੁਰੂ 'ਚ ਅਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ, ਹੁਣ ਮੈਨੂੰ ਸਦੀਵੀ ਜੀਵਨ ਦੇਣ ਵਾਲਾ ਮਿਲ ਗਿਆ। ਆਹ ਕਿਤੇ ਸਾਡੇ 'ਚ ਵੀ ਆ ਮਾਣ ਆ ਜੇ ਆਪਣੇ ਬਾਪੂ ਦੇ ਪ੍ਰਤੀ, ਕਿਤੇ ਮਾਣ ਆ ਜੇ ਬਾਪੂ ਦੇ ਪ੍ਰਤੀ, ਕਿਤੇ ਮਾਣ ਆ ਜੇ ਉਹ ਸਦੀਵੀ ਦੇਣ ਵਾਲਾ ਬਾਪੂ, ਜੀਵਨ ਦੇਣ ਵਾਲਾ ਬਾਪੂ ਜਿਹੜਾ ਸਾਨੂੰ ਰੋਜ਼ ਕਹਿੰਦਾ ਓਏ, ਕਿ ਜੇ ਉਹਦੇ ਨਾਲ ਇਸ਼ਕ ਕਰਦਾ ਹੈ ਨਾ, ਜੇ ਉਹਦੇ ਨਾਲ ਮੁਹੱਬਤ ਕਰਦਾ ਹੈ, ਚੇਤਾ ਰੱਖੀ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਇਹ ਗੁਰੂ ਨਾਨਕ ਦੇ ਬਚਨ ਨੇ। ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਅਤੇ ਆਪਣੇ ਮੁਰਸ਼ਦ ਦੇ ਦਰ ਦੀ ਵਫਾਦਾਰੀ। ਕਈ ਵਾਰ ਬਾਪੂ ਨੇ ਆਖਿਆ ਕਿ ਭਲਿਆ ਇੱਕ ਕੁੱਤੇ ਕੋਲੋਂ ਵਫਾਦਾਰੀ ਸਿੱਖ, ਇਸ ਦਰ ਦਾ ਗੁਲਾਮ ਬਣਨਾ ਸਿੱਖ, ਇਸ ਦਰ ਦਾ ਵਫਾਦਾਰ ਬਣਨਾ ਸਿੱਖ। ਬਾਪੂ ਨੇ ਪਲ ਪਲ ਛਿਨ ਛਿਨ ਸਾਨੂੰ ਸਿਖਾਇਆ, ਮੇਰਾ ਗੁਰੂ ਕਿਰਪਾ ਕਰੇ ਕਿਤੇ ਕਿਤੇ ਕਿਤੇ। ਆ ਬਾਪੂ ਰੋਜ਼ ਕਹਿੰਦਾ ਕਿ ਜਿਹਦੇ ਨਾਲ ਇਸ਼ਕ ਕਰਦਾ ਜਿਸ ਪਿਆਰੇ ਸਿਉ ਨਿਉ, ਤਿਸ ਆਗੈ ਮਰ ਚੱਲੀ ਹੈ ਧ੍ਰਿਗ ਜੀਵਨ ਸੰਸਾਰ, ਤਾਂ ਕਹਿ ਪਾਛੇ ਜੀਵਣਾ ਕਿਤੇ ਸੁਣ ਲਈਏ ਮੰਨ ਲਈਏ ਕਮਾ ਲਈਏ ਜੀ ਲਈਏ, ਅਤੇ ਸ਼ਾਇਦ ਅਸੀਂ ਵੀ ਆ ਵੀਰ ਵਾਂਗੂ, ਵੀਰ ਗੁਰਪ੍ਰੀਤ ਸਿੰਘ ਵਾਂਗੂ। ਮੈਨੂੰ ਨਹੀਂ ਲੱਗਦਾ ਕਿ ਇਹ ਗੁਰੂ ਕਾ ਲਾਲ ਕਿਤੇ ਮਰ ਕੇ ਵੀ ਮਰ ਗਿਆ, ਕੱਲ੍ਹ ਵੀ ਜਿਉਂਦਾ ਸੀ ਅੱਜ ਵੀ ਜਿਉਂਦਾ ਹੈ, ਅਤੇ ਜੇ ਗੁਰੂ ਨਾਨਕ ਦੇ ਦਰ ਦਾ ਤਰਸ ਰਿਹਾ ਨਾ, ਜੇ ਸੰਗਤ ਦਾ ਸਾਥ ਰਿਹਾ, ਇਸ ਵੀਰ ਦੇ ਭੈਣਾਂ ਭਰਾਵਾਂ ਦਾ ਸਾਥ ਰਿਹਾ, ਅਤੇ ਆਪਾਂ ਦੇਣਾ ਸਾਰਿਆਂ ਨੇ ਸਾਥ। ਜਿਸ ਵੀਰ ਨੇ ਮਾਣ ਨਾਲ ਆ ਪੰਕਤੀਆਂ ਬਾਕਾਇਦਾ ਲਾਗੂ ਹੁੰਦੀਆਂ ਨੇ ਕਿ ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਗੁਰੂ ਮਿਲਿਆ, ਉਹਨੇ ਬਾਪੂ ਦੇ ਸਿਧਾਂਤਾਂ ਨੂੰ ਕਮਾਉਣ ਦਾ ਯਤਨ ਕੀਤਾ, ਅਤੇ ਆਪਾਂ ਉਸ ਗੁਰੂ ਕੇ ਲਾਲ ਨੂੰ ਕਦੇ ਮਰਨ ਨਹੀਂ ਦੇਣਾ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਅਬ ਮੋਏ ਮਿਲਿਓ ਹੈ ਜੀਆ ਵਣਹਾਰਾ, ਮੈਨੂੰ ਸਦੀਵੀ ਜੀਵਨ ਦੇਣ ਵਾਲਾ ਮਿਲ ਗਿਆ। ਅਤੇ ਸੱਚ ਜਾਣਿਓ
ਆਪਾਂ ਵੀ ਨਿਭਾਉਣ ਦਾ ਯਤਨ ਕਰਨਾ ਅਤੇ ਝੋਲੀਆਂ ਅੱਡ ਕੇ ਆਪਣੇ ਆਪ ਲਈ ਵੀ ਐਸਾ ਜੀਵਨ ਮੰਗਣਾ ਹੈ। ਆ ਜਾਓ ਰਲ ਕੇ ਪੜ੍ਹੀਏ। ਅਬ ਮੋਹੇ ਮਿਲਿਓ ਹੈ ਜੀਆਂ ਬਣਹਾਰਾ, ਮੈਂ ਨਾ ਮਰਬੋ ਸੰਸਾਰਾ, ਮਿਲਿਓ ਹੈ ਜੀਆ ਬਣਹਾਰਾ, ਅਬ ਮੋਹੇ ਮਿਲਿਓ ਹੈ ਜੀਆ ਬਣਹਾਰਾ, ਅਬ ਮੋਹੇ ਮਿਲਿਓ ਹੈ ਜੀਆ ਬਣਹਾਰਾ, ਅਬ ਮੋਹੇ ਮਿਲਿਓ ਹੈ ਜੀਆ ਬਣਹਾਰਾ, ਮੈਂ
ਲਿਆ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਬਿਸਰੇ ਪਰਮਾਨੰਦਾ ਸੁਖ ਬਿਸਰੇ ਪਰਮਾਨੰਦਾ ਪਰਮਾਨੰਦਾ ਅਬ ਮੋਹੇ ਮਿਲਿਓ ਹੈ ਜੀਆ ਮੈਂ ਨਾ ਮਰੂੰ
मर मर जाते जिन राम न जानिया ओ मर मर जाते जिन राम न जानिया हूँ अब कैसे मरूं कैसे मरूं अब कैसे मरूं मरन मन मानिया मरन मन मानिया मरन मन मानिया अब कैसे मरूं कैसे मरूं अब कैसे मरूं कैसे मरूं अब कैसे मरूं कैसे मरूं अब कैसे मरूं मरन मन मानिया मरन मन मानिया मरन मन मानिया जपो जे मरने सब जगत तरासिया सो मरना गुर शब्द परगासिया जे मरने सब जगत तरासिया सो मरना गुर शब्द परगासिया ओ जे मरने सब जगत तरासिया सो मरना गुर शब्द परगासिया जे मरने सब सो मरना गुर शब्द परगासिया वाह गुरु वाह गुरु वाह गुरु वाह गुरु वाह गुरु वाह गुरु वाह गुरु
guru vai guru vai guru vai guru ਤਰਾਸਿਆ ਜਿਹੜੀ ਮੌਤ ਤੋਂ ਸਾਰਾ ਸੰਸਾਰ ਥਰ ਥਰ ਕੰਬਦਾ ਹੈ ਮਰਨਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਸਾਰੇ ਜਿਉਣਾ ਚਾਹੁੰਦੇ ਨੇ ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੈ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਮੇਰੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਉਸ ਮੌਤ ਦਾ ਪਤਾ ਲੱਗ ਗਿਆ ਚੀਜ਼ ਕੀ ਹੈ ਮੈਨੂੰ ਪਤਾ ਲੱਗ ਗਿਆ ਗੁਰੂ ਨੇ ਕਿਰਪਾ ਕੀਤੀ ਗਿਆਨ ਦਾ ਚਾਨਣ ਹੋ ਗਿਆ ਗੁਰੂ ਦੇ ਸਿਧਾਂਤਾਂ ਦਾ ਚਾਨਣ ਹੋ ਗਿਆ ਗੁਰੂ ਦੀ ਮਰਿਆਦਾ ਦਾ ਚਾਨਣ ਹੋ ਗਿਆ ਗੁਰੂ ਦੇ ਅਸੂਲਾਂ ਦਾ ਚਾਨਣ ਹੋ ਗਿਆ ਹੁਣ ਕਹਿੰਦਾ ਗੁਰਪ੍ਰਸਾਦੀ ਜੀਵਤ ਮਰੈ ਗੁਰੂ ਨੇ ਤੇ ਜਿਉਂਦਿਆਂ ਜੀ ਮਰਨਾ ਸਿਖਾਤਾ ਮੈਨੂੰ ਮੇਰੀ ਮੌਤ ਦਾ ਡਰ ਹੀ ਖਤਮ ਕਰਤਾ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰੂ ਨੇ ਕਿਰਪਾ ਕੀਤੀ ਕਹਿੰਦੇ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਗੁਰੂ ਦੀ ਕਿਰਪਾ ਨਾਲ ਜਿਹੜੇ ਜਿਉਂਦਿਆਂ ਜੀ ਮਰ ਜਾਂਦੇ ਨੇ ਨਾ ਫਿਰ ਸੱਚ ਜਾਣੇ ਉਹ ਕਦੇ ਵੀ ਮਰ ਕੇ ਨਹੀਂ ਮਰਦੇ ਆ ਜਾਓ ਇੱਕ ਦੋ ਮਿੰਟਾਂ ਲਈ ਜੀ ਵਾਹਿਗੁਰੂ 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 ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਮਰਨੋ ਮਰਨ ਕਹੈ ਸਭ ਕੋਈ ਸਹਿਜੇ ਮਰੈ ਅਮਰ ਹੋਏ ਸੋਈ ਜਿਨ ਰਾਮ ਨ ਜਾਣਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਓ ਅਬ ਕੈਸੇ ਮਰੋ ਕੈਸੇ ਮਰੋ ਅਬ ਕੈਸੇ ਮਰੋ ਕੈਸੇ ਮਰੋ ਅਬ ਕੈਸੇ ਮਰੋ ਕੈਸੇ ਮਰੋ ਅਬ ਮਰਨ ਮਨ ਮਾਨਿਆ ਮਰਨ ਮਨ ਮਾਨਿਆ ਮਰਨ ਮਨ ਮਾਨਿਆ ਜਪੋ ਮਰਨ ਮਨ ਮਾਨਿਆ ਮਰਨ ਮਨ ਮਾਨਿਆ ਮਰਨ ਮਨ ਮਾਨਿਆ
कहो कबीर मन भया आनंदा गया परम रहया परमानंदा कहो कबीर मन भया आनंदा गया परम रहया परमानंदा कहो कबीर मन भया आनंदा गया परम रहया परमानंदा कहो कबीर मन भया आनंदा गया परम रहया परमानंदा मर मर जाते जिन राम न जानिया मर मर जाते जिन राम न जानिया अब कैसे मरो कैसे मरो अब कैसे मरो कैसे मरो अब कैसे मरो कैसे मरो अब कैसे मरो मरण मनवानिया मरण मनवानिया मरण मनवानिया अब कैसे मरो कैसे मरो अब कैसे मरो कैसे मरो अब कैसे मरो कैसे मरो अब कैसे मरो मरण मन मानिया जपो मरण मन मानिया मरण मन मानिया मरण मरण मन मानिया आओ प्यारियों आप संगत वालों हुक्म है मिलके शब्द पढ़ते हैं सतगुर की सेवा गाखड़ी सिर दीजै आप गवाए शब्द मरै फिर ना मरै ता सेवा पवै सब थाए मिलके पढ़दे आ जो वाहे गुरु वाहे गुरु वाहे गुरु वाहे गुरु वाहे गुरु गुरु वाहे गुरु वाहे गुरु वाहे गुरु शब्द मरे फिर ना मरे फिर ना मरे
ਸ਼ਬਦ ਮਰੇ ਫਿਰ ਨਾ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੇ ਸਭ ਥਾਂਏ ਸਭ ਸ਼ਬਦ ਮਰੇ ਫਿਰ ਨਾ ਮਰੇ ਫਿਰ ਨਾ ਮਰੇ ਸ਼ਬਦ ਮਰੇ ਫਿਰ ਨਾ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੇ ਸਭ ਸਤਿ
हस्ती सिर जो अंकश है सेवा काखड़ी हस्ती सिर जो अंकश है अहरण जो सिर दे मन तन आग रख के हुई भी सेव करे क्यों गुरमुख आप निवारी है सब राज श्रेष्ठ काले ओ सब राज श्रेष्ठ काले ओ उबी सेव करे उबी सेव करे सतगुर की सेवा गाखड़ी सिर दी जय आप गवाए सतगुर की सेवा गाखड़ी सिर दी जय आप गवाए ता सेवा पवे सब शब्द मरे तेरे नाम रे तेरे नाम रे शब्द मरे तेरे नाम रे तेरे नाम रे शब्द मरे पारस परसे है पारस होवे सच रहे लिब लाए पारस परसे है पारस होवे सच रहे लिब लाए जिस पूरब होवे लिखिया इस सत मिले प्रभ आए जिस पूरब होवे लिखिया इस सतगुर मिले प्रभ आए नानक गणत सेवक ना मिले जिस बख्श जिस बख्शे सो पवे थाए जिस बख्शे सो पवे थाए ता सेवा पवे
ਬੱਚਿਆਂ ਦਾ ਹੁਕਮ ਹੈ ਦਮ ਦਮ ਸਦਾ ਸਮਾਲ ਦਾ ਦਮ ਨਾ ਮਿਰਥਾ ਜਾਏ ਕੇਵਲ ਪੰਜ ਕੁ ਮਿੰਟਾਂ ਲਈ ਹੋਰ ਆਪ ਸੰਗਤ ਦੀ ਸੇਵਾ ਦੇ ਵਿੱਚ ਉਪਰੰਤ ਸਮਾਪਤੀ ਵਾਹਿਗੁਰੂ 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 ਵਾਹਿਗੁਰੂ
Vai Guru, 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 Dam na mer tha jaye, 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 Dam dam sada sambhal da. Dum dum, Vaheguru. 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 हुक्म पया बिन सतगुर चेते ना जाए ना जाए और खसम का हुक्म पया बिन सतगुर चेते ना जाए सतगुर मिले अंतर रम रहे सदा रयाल बिलाए वे बिलाए मरण का पा गया जीवन पदवी पाए जन्म मरण का पा गया जीवन पदवी पाए नानक ए मर्तबा तिसनो दे जिसनो कृपा करे रजाए नानक ए मर्तबा तिसनो दे जिसनो Dam na mer tha jaye, Dam na mer tha jaye, Dam na mer tha jaye, Dam dam sada sambhal da. Dum dum, Vaheguru. 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 Dum dum, Bhai Gurpreet Singh.
ਬਿਰਥਾ ਜਾਏ ਦਮ ਗੁਰੂ ਪਿਆਰਿਓ ਮਿੱਥੇ ਸਮੇਂ ਦੀ ਸਮਾਪਤੀ ਦੱਸ ਰਿਹਾ ਵੱਲੋਂ ਇੰਨੀ ਕੁ ਸੇਵਾ ਪ੍ਰਵਾਨ ਕਰਨਾ ਜੀ ਗੁਰੂ ਜਸ ਗਾਇਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਪਤਾ ਨਹੀਂ ਕਿਤਨੀਆਂ ਕੁ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਪ੍ਰਤੱਖ ਗੁਰੂ ਰੂਪ ਬਖਸ਼ਣ ਯੋਗ ਅਣਜਾਣ ਜੇ ਬੱਚੇ ਸਮਝ ਕੇ ਬਖਸ਼ ਲੈਣਾ ਅਤੇ ਆਪਣੇ ਇਹਨਾਂ ਬੱਚਿਆਂ ਦੀ ਝੋਲੀ ਕਸੀਸ ਜ਼ਰੂਰ ਪਾ ਕੇ ਭੇਜਣਾ ਹਮੇਸ਼ਾ ਦੀ ਤਰ੍ਹਾਂ ਇੱਕੋ ਮੰਗ ਸਤਿਗੁਰੂ ਇਸੇ ਤਰ੍ਹਾਂ ਆਪ ਮਿਹਰਮਤ ਕਰਕੇ ਆਪਣੇ ਇਹਨਾਂ ਬੱਚਿਆਂ ਨੂੰ ਸਮੱਤ ਬਖਸ਼ ਕੇ ਗੁਰਮਤ ਬਖਸ਼ ਕੇ ਸੰਪੂਰਨ ਦੇਹ ਰੋਗਤਾ ਦੇ ਦਾਨ ਤੰਦਰੁਸਤੀਆਂ ਸਿਹਤਯਾਬੀਆਂ ਬਖਸ਼ ਕੇ ਬਾਬਾ ਜੀ ਆਪ ਆਪਣੇ ਬੱਚਿਆਂ ਨੂੰ ਹਉਮੈ ਤੋਂ ਹੰਕਾਰ ਤੋਂ ਬਚਾ ਕੇ ਮਾਇਆ ਦੇ ਪ੍ਰਭਾਵ ਤੋਂ ਬਚਾ ਕੇ ਛਲ ਕਪਟ ਵੈਰ ਵਿਰੋਧ ਨਿੰਦਿਆ ਚੁਗਲੀ ਦਵੈਸ਼ ਰੰਜਸ ਝਗੜੇ ਦੀ ਭਾਵਨਾ ਤੋਂ ਬਚਾ ਕੇ ਆਪਣੀ ਸੇਵਾ ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰਿਆ ਰੱਖ ਕੇ ਲੈਂਦੇ ਰਹਿਣ ਐਸੀ ਅਸੀਸ ਝੋਲੀ ਪਾ ਕੇ ਭੇਜਣਾ ਗੁਰਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ